बोले कि क्या हुआ है, तो मैं बताया जैसे जैसे हुआ। बोले ऐसे नहीं कहना है, ऐसे कहना है कि फोन गुम हो गया है। हाँ, कौन कहता है ऐसे कहना? वो उठे जो रिपोर्ट लिख रहा था। ਪੰਜਾਬ 'ਚ ਕਾਨੂੰਨ ਵਿਵਸਥਾ ਦੇ ਕਾਰਨ ਸਰਕਾਰ ਨੂੰ ਖਾਸੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਤਾਂ ਇਹ ਹੋ ਗਿਆ ਹੈ ਕਿ ਵਾਰਦਾਤ ਹੋਣ ਤੋਂ ਬਾਅਦ ਵੀ ਪੀੜਤ ਧਿਰ ਦੀ ਕੋਈ ਸੁਣਵਾਈ ਥਾਣਿਆਂ ਵਿੱਚ ਨਹੀਂ ਹੋ ਰਹੀ, ਜਿਸ ਕਾਰਨ ਪੀੜਤ ਪਰਿਵਾਰ ਨੂੰ ਤਾਂ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਵਾਰਦਾਤ ਉਹਨਾਂ ਨਾਲ ਨਹੀਂ ਬਲਕਿ ਉਹਨਾਂ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਥਾਣਾ ਗੁਰਾਇਆਂ ਅਧੀਨ ਆਉਂਦੀ ਕ੍ਰਿਸ਼ਨਾ ਕਲੋਨੀ ਵਿਖੇ, ਜਿੱਥੇ ਕਿ ਪੀੜਤ ਪਰਿਵਾਰ ਨੂੰ ਇਨਸਾਫ ਲੈਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸ਼ੇਰ ਬਹਾਦਰ ਪੁੱਤਰ ਮੂਲ ਚੰਦ ਵਾਸੀ ਕ੍ਰਿਸ਼ਨਾ ਕਲੋਨੀ ਗੁਰਾਇਆਂ ਨੇ ਕਿਹਾ ਕਿ ਉਹ ਆਪਣੀ ਪਤਨੀ ਰਿੰਕੂ ਅਤੇ 3 ਬੱਚਿਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਹ ਅਤੇ ਉਸਦੀ ਪਤਨੀ ਦੋਵੇਂ ਦਿਹਾੜੀ ਲਗਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ। ਉਹਨਾਂ ਦੱਸਿਆ ਕਿ ਉਸਦਾ ਇੱਕ 9 ਸਾਲਾ ਬੱਚਾ ਉਸਦਾ ਫੋਨ ਲੈ ਕੇ ਗੱਲ ਕਰ ਰਿਹਾ ਸੀ, ਤਾਂ ਇਸ ਦੌਰਾਨ 2 ਨੌਜਵਾਨ ਆਏ ਅਤੇ ਉਸਦੇ ਪੁੱਤਰ ਨਾਲ ਮਾਰਕੁੱਟ ਕਰਦੇ ਹੋਏ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਕਤ ਸਾਰੀ ਵਾਰਦਾਤ ਇੱਕ CCTV ਵਿੱਚ ਵੀ ਆਈ ਹੈ। ਇਸ ਦੌਰਾਨ ਪੀੜਤ ਵਿਅਕਤੀ ਨੇ ਕਿਹਾ ਕਿ ਉਕਤ ਵਾਰਦਾਤ ਸੰਬੰਧੀ ਜਦੋਂ ਉਹ ਥਾਣਾ ਗੁਰਾਇਆਂ ਵਿਖੇ ਸ਼ਿਕਾਇਤ ਲੈ ਕੇ ਗਿਆ ਤਾਂ ਪੁਲਿਸ ਨੇ ਅਗਲੇ ਦਿਨ ਦਾ ਕਹਿ ਕੇ ਥਾਣੇ ਵਿੱਚੋਂ ਬਾਹਰ ਭੇਜ ਦਿੱਤਾ। ਉਸਨੇ ਦੱਸਿਆ ਕਿ ਇਸ ਸਭ ਦੇ ਬਾਵਜੂਦ ਵੀ ਪੁਲਿਸ ਨੇ ਮੋਬਾਈਲ ਗੁੰਮ ਹੋਣ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕੀਤੀ ਹੈ, ਜਦਕਿ ਦੋਨੋਂ ਮੋਬਾਈਲ ਨੌਜਵਾਨ ਲੁੱਟ ਕੇ ਲੈ ਗਏ। ਫਿਲਹਾਲ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਹਮ ਲੋਕ ਦੋਨੋਂ ਪੁਰਾਣੇ ਕਾਮ 'ਤੇ ਚਲ ਗਏ ਥੇ, ਮੇਰਾ ਮੁੰਡਾ ਘਰ ਮੇ ਤਿੰਨੋ ਬੈਠੇ ਥੇ, ਘਰ ਸੇ ਫੋਨ ਆਇਆ ਥਾ, ਇਹ ਬਾਤ ਕਰ ਰਹਾ ਥਾ, ਤਭੀ ਦੋ ਮੁੰਡੇ ਆਏ, ਇੱਕ ਬਾਹਰ ਖੜਾ ਥਾ, ਇੱਕ ਅੰਦਰ ਘੁਸਾ, ਘੁਸ ਕੇ ਉਸਕੇ ਬਾਅਦ ਇਸਕੋ ਚਪੇੜਾ ਮਾਰਾ, ਇਸਕੋ ਜਬ ਰੋਣੇ ਲੱਗ ਗਿਆ ਇਸਕਾ ਮੂੰਹ ਦਾਬ ਦਿਆ, ਇਹ ਲੱਤਾਂ ਮਾਰਾ, ਫੋਨ ਛੀਨ ਕੇ ਦੋ ਫੋਨ ਥਾ, ਦੋਨੋਂ ਲੈ ਕੇ ਭੱਗ ਗਏ। ਦੋ ਫੋਨ? ਹਾਂਜੀ, ਦੋ ਫੋਨ ਲੈ ਕੇ ਗਏ। ਕਿਤਨੀ ਉਮਰ ਹੈ ਬੱਚੇ ਕੀ? ਤੋ ਫਿਰ ਥਾਣੇ ਮੇ ਗਏ ਥੇ ਆਪ? ਹਾਂਜੀ, ਮੈਂ ਗਿਆ ਥਾ। ਕਿਆ ਕਹਤੇ ਫਿਰ? ਜਿਸ ਦਿਨ ਖੋਇਆ ਥਾ ਮੈਂ ਉਸੀ ਦਿਨ ਗਿਆ, ਤੋ ਮੈਂ ਗਿਆ ਤੋ ਬੋਲੇ ਚਲ ਜਾਓ ਇਸ ਸਮੇਂ, ਕੱਲ੍ਹ ਸੁਬਹਾ ਹੈ ਆਉਣਾ 10-11 ਵਜੇ, ਫਿਰ ਮੈਂ ਵਹਾਂ ਸੇ ਚਲਾ ਆਇਆ, ਫਿਰ ਮੈਂ ਕੱਲ੍ਹ ਵੀ ਗਿਆ, ਕੱਲ੍ਹ ਵੀ ਗਏ ਤੋ ਬੋਲੇ ਆਧਾਰ ਕਾਰਡ ਲਿਆਓ, ਪਾਸਪੋਰਟ ਕਾ ਸਾਈਜ਼ ਵਾਲਾ ਫੋਟੋ ਲਾਣਾ, ਫਿਰ ਮੈਂ ਲੈ ਕੇ ਗਿਆ, ਉੱਥੇ ਬੋਲੇ ਨਾਮ, ਬੋਲੇ ਨਾਮ ਵੀ ਬਤਾਇਆ, ਆਧਾਰ ਕਾਰਡ ਫੋਟੋ ਕਾਪੀ ਵੀ ਦਿਆ, ਬੋਲੇ ਕਿ ਕਿਆ ਹੁਆ ਹੈ, ਤੋ ਮੈਂ ਬਤਾਇਆ ਜੈਸੇ ਜੈਸੇ ਹੁਆ, ਬੋਲੇ ਐਸੇ ਨਹੀਂ ਕਹਿਣਾ ਹੈ, ਐਸੇ ਕਹਿਣਾ ਹੈ ਕਿ ਫੋਨ ਗੁੰਮ ਹੋ ਗਿਆ ਹੈ। ਹਾਂ, ਕੌਣ ਕਹਤਾ ਐਸੇ ਕਹਿਣਾ ਹੈ? ਉਹ ਉੱਥੇ ਜੋ ਰਿਪੋਰਟ ਲਿਖ ਰਹਾ ਥਾ। ਹਾਂ, ਤੋ ਬੋਲੇ ਕਿ ਹਮਕੇ ਨਹੀਂ ਸਰ ਚੋਰੀ ਹੁਆ, ਬੋਲੇ ਨਹੀਂ ਜਿਤਨਾ ਕਰ ਰਹਾ ਹੂੰ ਉਤਨਾ ਕਹੋ। ਹਾਂਜੀ, ਆਕਰ ਕਮਰੇ ਸੇ ਲੂਟ ਕਰ ਲੈ ਕਰ ਗਏ ਹੈ? ਹਾਂਜੀ ਹਾਂਜੀ, ਹਾਂਜੀ ਚੋਰੀ ਕੀ ਰਿਪੋਰਟ ਲਿਖਾਓ ਕਿ ਚੋਰੀ ਹੁਆ ਹੈ? ਹਾਂਜੀ ਹਾਂਜੀ, ਹੋ ਗਿਆ ਹੈ? ਹਾਂਜੀ, ਚੋਰੀ ਹੁਆ ਹੈ, ਬੋਲੇ ਕਿ ਨਹੀਂ ਗੁੰਮ ਹੋ ਗਿਆ ਹੈ, ਐਸਾ ਲਿਖ ਕੇ ਦੇ ਦੀਏ ਇੱਥੇ ਪਰਚਾ ਪੇ। ਔਰ ਫੋਨ ਇਹ ਜੋ ਚੱਲ ਰਿਹਾ ਥਾ ਉਹ ਵਾਲਾ 14,500 ਕਾ ਥਾ, ਉਹ 12,000 ਕਾ ਥਾ ਜੀ। ਅਬ ਕਿਆ ਮੰਗ, ਕਿਆ ਕਰਤੇ ਹੋ ਆਪ ਪੁਲਿਸ ਸੇ? ਕਿਆ ਮੰਗ ਕਰਤੇ ਹੋ? ਪੁਲਿਸ ਸੇ ਮੰਗ ਕਰੇਂਗੇ ਕਿ ਹਮਾਰਾ ਫੋਨ ਦੇ, ਔਰ ਜਿਤਨਾ ਹਮਾਰਾ ਨੁਕਸਾਨ ਹੁਆ ਹੈ ਉਹ ਵੀ ਦੇ। ਕਿਆ ਆਪਕੇ ਬੇਟੇ ਕੇ ਸਾਥ ਕਿਆ ਹੁਆ? ਮਾਰਪੀਟ ਹੋਈ ਹੈ ਔਰ ਫੋਨ ਲੇਕਰ ਗਏ ਹੈ, ਕਿਆ ਵਾਰਦਾਤ ਉਹ ਸਾਰੀ ਹੋਈ ਹੈ? ਹਮਰ ਕਾ ਬੋਲੇ ਲੜਕਾ ਸੁਤਾ ਰਹਾ ਹੈ, ਦੂਠੇ ਸੁਤਾ ਰਹਾ ਹੈ, ਇੱਥੇ ਜਾਗਤ ਰਹਾ ਹੈ, ਫੋਨ ਆਇਆ ਠੇਕੇਦਾਰ ਫੋਨ ਕਰੇ, ਹਮ ਚਲੇ ਗਏ ਫੋਨ ਛੋੜ ਕੇ, ਬੁਲਾਏ ਗਏ ਫੋਨ ਛੋੜ ਕੇ ਚਲੇ ਗਏ, ਹਮ ਕਾਮ ਪਰ ਦਿਹਾੜੇ ਵਾਲਾ ਹੈ, ਤਬ ਉਹ ਕਾ ਬੋਲੇ ਜਲ ਆਇਆ ਹਮਰੇ ਲੜਕਾ ਕੇ ਬਸ ਬਤਿਆਓ ਤਰਾ, ਘਰ ਸੇ ਫੋਨ ਆਇਆ ਲਾ, ਮੈਂ ਲੜਕਾ ਬਤਿਆਓ ਤਰਾ, ਹਮ ਲੜਕਾ ਮਾਰ ਕੇ ਲੈ ਕੇ ਫੋਨ ਚਲੇ ਗਏ। ਹਾਂ, ਮਾਰਪੀਟ ਕਰੀ ਹੈ ਉਸਕੇ ਸਾਥ?
उसको पीटा भी है उन्होंने? हाँ, वो मारे हैं हमारे लड़का के, और मेरे लड़का को मुंह देके दबा दीजिए, हमारे लड़का रो लगा, छोरे लगना लोग फोन थे, मैं लगा के मार दिए पेटे में। पता लग गया कौन लेके गया था फोन? हाँ जी, हाँ पता लग गया। इस दौरान जो SHO मधुवाला नाल संपर्क किया तो उन्होंने कहा कि उन्होंने नोटिस विच मामला नहीं सी, जिस तो बाद उन्होंने ASI सुरेंद्र मोहन मौके पर भेजा तो जल्द ही पीड़ित परिवार को इंसाफ देने का भरोसा दिता।